ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਵਿੱਚ ਲਗਾਤਾਰ ਚਰਚਾ ਹੁੰਦੀ ਰਹੀ ਹੈ। ਅੱਜ ਉਸ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਅੱਗੋਂ ਤੋਂ ਇਹ 37 ਜਥੇਬੰਦੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਜਿਹੜੇ ਨੇ ਉਹਨਾਂ ਦੇ ਉੱਤੇ ਇਕੱਠੀਆਂ ਹੋ ਕੇ ਮੋਰਚਾ ਲਾਉਣਗੀਆਂ। ਜਿਹੜਾ ਅਸੀਂ 18 ਤਰੀਕ ਦਾ ਪਾਣੀਆਂ ਦਾ ਮੋਰਚਾ ਚੰਡੀਗੜ੍ਹ ਲਾਉਣਾ ਸੀ, ਉਸ ਮੁੱਦੇ 'ਤੇ 28 ਤਾਰੀਖ ਨੂੰ ਸਾਰੇ ਰਲ ਕੇ ਬਹਿਸ ਕਰਾਂਗੇ। ਕੁਛ ਹੋਰ ਮੁੱਦੇ ਨੇ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਨੇ, ਉਹ ਸਾਰੇ ਏਜੰਡਾ ਤੈਅ ਕਰਕੇ ਅਤੇ ਨਵੀਂ ਡੇਟ ਤੈਅ ਕਰਕੇ ਫਿਰ ਮੋਰਚਾ ਲਾਇਆ ਜਾਏਗਾ। ਸਾਰਿਆਂ ਦੀ ਸਲਾਹ ਨਾਲ ਲੱਗੇਗਾ। ਅਤੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੰਦਾ। ਤੁਹਾਡੀ ਇਹ ਮੰਗ ਸੀ ਕਿ ਜਥੇਬੰਦੀਆਂ ਫਟੀਆਂ ਇਹ ਇਕੱਠੀਆਂ ਹੋਣੀਆਂ ਚਾਹੀਦੀਆਂ। ਜਿਹੜੀਆਂ ਮੇਨ ਸਟ੍ਰੀਮ ਜਥੇਬੰਦੀਆਂ ਨੇ ਉਹ ਅੱਜ ਇਕੱਠੀਆਂ ਹੋ ਗਈਆਂ ਅਤੇ ਇਹਦੇ ਨਤੀਜੇ ਚੰਗੇ ਨਿਕਲਣਗੇ। ਉਮੀਦ ਕਰਦੇ ਹਾਂ ਸਾਰੇ ਪੰਜਾਬ ਦੇ ਕਿਸਾਨ ਇਹਦੇ ਵਿੱਚ ਭਰਪੂਰ ਸਹਿਯੋਗ ਦੇਣਗੇ।